ਹੁਣ ਕੰਮ ਮਿਲ ਗਿਆ ਇੱਥੇ ਦੁਕਾਨ ਹੁਣ ਪੁੱਤ ਕਿਹੜੀਆਂ ਦੁਕਾਨਾਂ ਨਾ ਖੋਲਦੇ ਦੁਕਾਨਾਂ ਇਹਨੂੰ ਨਾ ਕੁਛ ਹੁੰਦਾ ਇਹਨੂੰ ਕੋਈ ਮਾਰਦਾ ਨਾ ਤੇ ਦੁਕਾਨਾਂ ਦਾ ਕੀ ਸੀ ਪੁੱਤ ਜਿੱਥੇ ਰੋਟੀ ਖਾਂਦੇ ਸੀ ਉੱਥੇ ਅੱਧੀ ਖਾਂਦੇ ਸੀ ਟਾਈਮ ਪਾਸ ਤਾਂ ਪਹਿਲਾਂ ਵੀ ਹੁੰਦਾ ਸੀ ਤੇ ਹੁਣ ਵੀ ਹੋਊਗਾ ਪੁੱਤਰ ਸਾਨੂੰ ਇਹੋ ਜਿਹਾ ਪੁੱਤ ਕਿੱਥੇ ਮਿਲੂਗਾ ਜਿਹਨੇ ਸਾਡੇ ਪਿੰਡ ਦਾ ਨਾਂ ਰੋਸ਼ਨ ਕਰਤਾ ਸੀ ਉਹ ਬਾਹਰਲੇ ਦੇਸਾਂ ਵਿਦੇਸਾਂ ਤੀਕਰ ਨਾਂ ਰੋਸ਼ਨ ਕਰ ਦਿੱਤਾ ਤੇ ਮਾਂ ਨੂੰ ਤੇ ਮਾਂ ਨੂੰ ਤਾਂ ਭੁੱਲਣੇ ਕਿਸੇ ਦੇ ਸਾਡੇ ਵਰਗਿਆਂ ਨੂੰ ਨਹੀਂ ਭੁੱਲਦਾ ਪੁੱਤ ਹਾਂ ਸਾਡੇ ਘਰ ਪੁੱਤਰ ਨੇੜੇ ਹੀ ਸੀਗੇ ਕੋਈ ਖੇਤ ਉੱਥੇ ਮੋਟਰਾਂ ਤੇ ਬੈਠਾ ਸੀਗਾ ਤੇ ਅਸੀਂ ਖੇਤ ਲੱਕੜਾਂ ਨੂੰ ਗਈਆਂ ਤੇ ਐਡੀ ਕੁ ਸਾਡੀ ਪੋਤੀ ਸੀ ਨਾਲ ਤੇ ਉਹਨੇ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਬੁੱਕਲ 'ਚ ਲਿੱਤਾ ਉਹਨੂੰ ਹੈ ਪਿਆਰ ਦਿੱਤਾ ਬੱਚਿਆਂ ਨੂੰ ਤੇ ਬਜ਼ੁਰਗਾਂ ਨਾਲ ਉਹਦਾ ਬਹੁਤ ਪਿਆਰ ਸੀ ਉਹ ਤਾਂ ਰਲਣ ਵੀ ਹੋਣੀ ਲੱਗਿਆ ਸੀਗਾ ਨਾਲ ਜਿਹਨੇ ਜਦੋਂ ਪੜ੍ਹ ਲਿਖ ਲਿਆ ਆਹ ਬਾਹਰ ਕੰਮਾਂ 'ਤੇ ਜਾ ਵੜਿਆ ਆਪਦਿਆਂ 'ਤੇ ਉਦੋਂ ਹੀ ਮੁੰਡਿਆਂ ਖੁੰਡਿਆਂ ਨਾਲ ਰਲਣ ਲੱਗਿਆ ਸੀ ਪਹਿਲਾਂ ਤਾਂ ਘਰੇ ਹੀ ਆਪਦੀ ਮਾਂ ਨਾਲ ਹੀ ਚੌੜਾ ਕਰਦਾ ਹੁੰਦਾ ਸੀ ਬਸ ਉਹ ਤਾਂ ਮਾਂ ਨੂੰ ਆਪਦੀ ਨੂੰ ਦੋਸਤਾਂ ਵਾਂਗੂ ਸਮਝਦਾ ਸੀ ਯਾਦਗਾਰ ਬਣੀ ਹੈ ਸਵੇਰੇ ਕਿੰਨੇ ਵਜੇ ਤੁਸੀਂ ਦੁਕਾਨਾਂ ਲਾ ਲੈਂਦੇ ਹੋ ਕਦੋਂ ਲੋਕ ਆਉਣੇ ਸ਼ੁਰੂ ਹੋ ਜਾਂਦੇ ਇੱਥੇ ਤਾਂ ਪੁੱਤਰ ਆ ਹੀ ਜਾਂਦੇ ਆ ਦਿਨ ਰਾਤ ਐਂ ਨਹੀਂ ਪਤਾ ਇੱਥੇ ਰਾਤ ਨੂੰ ਵੀ ਆ ਕੇ ਪੈ ਜਾਂਦੇ ਆ ਰਾਤ ਨੂੰ ਵੀ ਦਿਨ ਨੂੰ ਵੀ ਇੱਥੇ ਆ ਹੀ ਜਾਂਦੇ ਆ ਜਿਵੇਂ ਕਹਿੰਦਾ ਸੀ ਉਹ ਉਵੇਂ ਜ਼ਿਕਰ ਹੀ ਹੋਈ ਜਾਂਦੀਆਂ ਪੁੱਤ ਗੱਲਾਂ ਹਾਂ ਜੋ ਲਿਖਦਾ ਸੀ ਉਹੀ ਹੋਈ ਜਾਂਦੀਆਂ ਪੁੱਤਰ ਪਤਾ ਨਹੀਂ ਉਹਨੂੰ ਕੀ ਪਤਾ ਸੀਗਾ ਖਬਰਾਂ ਕੀ ਸੀ ਇਹ ਕਿਸੇ ਨੂੰ ਪਤਾ ਹੀ ਨਹੀਂ ਸੀ ਨਾ ਸਾਨੂੰ ਪਤਾ ਸੀ ਨਾ ਇਹਦੇ ਮਾਂ ਪਿਓ ਨੂੰ ਪਤਾ ਸੀ ਕਿਸੇ ਨੂੰ ਪਤਾ ਨਹੀਂ ਸੀ ਪੁੱਤ ਕੋਈ ਅਵਤਾਰ ਉਤਰਿਆ ਸੀਗਾ ਵਿਚਾਰਾ ਇਹ ਸਾਡੇ ਵਰਗੇ ਵੀ ਅਸੀਂ ਕਹਿੰਦੇ ਸੀ ਭੋਲੇ ਦਾ ਮੁੰਡਾ ਹੀ ਹੈ ਪਿੰਡ 'ਚ ਅਸੀਂ ਅਸੀਂ ਕਹਿੰਦੇ ਸੀ ਪੁੱਤ ਪਰ ਹੁਣ ਪਿੱਛੋਂ ਪਤਾ ਲੱਗਦਾ ਹੈ ਜਿੰਨੇ ਨੂੰ ਮਰਵਾਉਣ ਦੀ ਪਲੈਨਿੰਗ ਬਣਾਈ ਸੀ ਸਾਰਾ ਮਾਸਟਰ ਮਾਈਂਡ ਸੀਗਾ ਉਹ ਫੜ ਲਿਆ ਵਿਦੇਸ਼ਾਂ ਲੱਗਦਾ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਚਾਹੀਦੀ ਸਾਡਾ ਪੁੱਤ ਮਾਰ ਦਿੱਤਾ ਮਾਂ ਦਾ ਪੁੱਤ ਕਦੇ ਮਿਲਣਾ ਨਹੀਂ ਹੈ ਤੇ ਫਿਰ ਉਹ ਵੀ ਜਿਉਂਦੇ ਕਿਉਂ ਹੋਣ ਸੱਤ ਗੱਲਿਆਂ 'ਚ ਉੱਠਿਆ ਹੋਇਆ ਕਿਤੇ ਸਾਡੇ ਪਿੰਡ ਨੂੰ ਅਸੀਂ ਸ਼ਰਮ ਆਉਂਦੀ ਸੀ ਜਦੋਂ ਪਿੰਡ ਮੂਸੇ ਦਾ ਨਾਂ ਲੈਂਦੇ ਤਾਂ ਬੈਕਵਰਡ ਏਰੀਆ ਸੀ ਸਾਡਾ ਅਤੇ ਹੁਣ ਸਾਡਾ ਕਿੱਥੇ ਦੇਸ਼ਾਂ ਵਿਦੇਸ਼ਾਂ 'ਚ ਨਵਾਂ ਹਰੇਕ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਆਲ ਵਰਲਡ 'ਚ ਕਰਾਤੀ ਇੱਥੇ ਤੁਸੀਂ ਐਂ ਹਿਸਾਬ ਲਾ ਲਓ ਇੰਗਲੈਂਡ ਤੋਂ ਅਮਰੀਕਾ ਤੋਂ ਕਨੇਡਾ ਤੋਂ ਮਤਲਬ ਕੈਲੀਫੋਰਨੀਆ ਤੋਂ ਕੱਲ੍ਹ ਨਿਊਜ਼ੀਲੈਂਡ ਤੋਂ ਆਏ ਹਰ ਦੇਸ਼ ਦਾ ਬੰਦਾ ਇੱਥੇ ਆਉਂਦਾ ਜਾਂਦਾ ਜਾਂਦਾ ਸਿੱਧੂ ਰੋਜ਼ਗਾਰ ਵੀ ਦੇ ਗਿਆ ਲੋਕਾਂ ਨੂੰ ਜਿਹੜੇ ਘਰਾਂ 'ਚ ਵਿਹਲੇ ਬੈਠੇ ਹਾਂ ਜੀ ਹਾਂ ਵਿਹਲੇ ਅਸੀਂ ਕਾਸੇ ਵਾਲੇ ਨਹੀਂ ਦੀ ਬਸ ਘਰੇ ਬੈਠਣ ਵਾਲੀ ਦੇਖੋ ਜੀ ਮੂਸੇਵਾਲ ਦੇ ਜਿਹੜੇ ਬੱਚੇ ਨਾ ਛੋਟੇ ਛੋਟੇ ਬੱਚੇ ਇੰਨੇ ਜ਼ਿਆਦਾ ਫੈਨ ਨੇ ਆਹ ਮੇਰਾ ਬੇਟਾ ਇਹਨੇ ਜਿੱਦ ਕੀਤੀ ਕਹਿੰਦੇ ਨਹੀਂ ਪਾਪਾ ਆਪਾਂ ਉੱਥੇ ਗਏ ਨਹੀਂ ਆਪਾਂ ਮੂਸੇਵਾਲ ਦੀ ਸਮਾਧ 'ਤੇ ਜਾਣਾ ਜਾਣਾ ਅਤੇ ਉਹਨਾਂ ਦੀ ਮਾਤਾ ਨੂੰ ਮਿਲ ਕੇ ਆਇਆ ਉੱਥੇ ਗਿਆ ਹਵੇਲੀ ਦੇਖ ਕੇ ਆਇਆ ਉਹਨਾਂ ਦੇ ਟਰੈਕਟਰਾਂ ਨਾਲ ਫੋਟੋ ਖਿਚਾਈ ਟਰੈਕਟਰ ਦੇਖੇ ਇੰਨੇ ਗੱਡੀ ਦੇਖੀ ਹੁਣ ਕਹਿੰਦਾ ਨਹੀਂ ਸਮਾਧ 'ਤੇ ਚੱਲੀਏ ਉਹ ਜਗ੍ਹਾ ਦੇਖਣੀ ਬੱਚੇ ਨੇ ਰੁਮਾਲ ਲਿਆ ਛੋਟਾ ਸਿੱਧੂ ਦਾ ਬਾਕੀ ਫੋਟੋ ਲਈਆਂ ਨੇ ਗੱਡੀ 'ਚ ਰੱਖੀਆਂ ਨੇ ਯਾਨੀ ਕਿ ਇੰਨਾ ਜ਼ਿਆਦਾ ਬੱਚਿਆਂ ਦੇ ਛੱਡ ਦਿਓ ਤੁਸੀਂ ਬਹੁਤ ਜ਼ਿਆਦਾ ਬੱਚੇ ਮੰਨ ਬਜ਼ੁਰਗ ਬੜੇ ਫੈਨ ਹੋ ਗਏ ਜਿਹਨਾਂ ਦੇ ਬੱਚੇ ਤਾਂ ਫੈਨ ਸੀਗੇ ਹੀ ਬਜ਼ੁਰਗ ਇਹਨਾਂ ਬਜ਼ੁਰਗ ਬੈਠੇ ਨੇ ਛੱਪੜ 'ਤੇ ਉਹਨਾਂ ਨੂੰ ਮਿਲ ਕੇ ਆ ਜਿਹਨਾਂ ਦੱਸੇ ਸੀ ਨਾ ਵੀ ਸਿੱਧੂ ਸਾਹਿਬ 4 ਸਾਲ ਦੇ ਛੱਪੜ ਦੇ ਵਿੱਚ ਡਿੱਗ ਪਏ ਸੀ ਡੁੱਬ ਗਏ ਸੀ ਉਹਨਾਂ ਕੱਢਿਆ ਉਹਨਾਂ ਨੂੰ ਮਿਲ ਕੇ ਆ ਸੀ ਉਹ ਵੀ ਰੋਣ ਲੱਗ ਪਏ ਹਾਂ ਅੱਜ ਵੀ ਰੋਏ ਨੇ ਵੇਖੋ ਜੀ ਮੂਸੇਵਾਲ ਸਾਹਿਬ ਲੋਕਾਂ ਦੇ ਦਿਲਾਂ 'ਚ ਵੱਸ ਗਿਆ ਜੀ ਬਸ ਇਹ ਹਿਸਾਬ ਲਾ ਲਓ ਜਿਹੜਾ ਦਿਲ 'ਚ ਵੱਸ ਗਿਆ ਬਸ ਵੱਸ ਗਿਆ ਲੋਕ ਮੰਨਦੇ ਇਸ ਚੀਜ਼ ਨੂੰ ਸੋ ਜਿਹੜਾ ਗੱਲਾਂ ਨੂੰ ਉਹਨਾਂ ਦੇ ਗਾਣਿਆਂ ਨੂੰ ਉਹਨਾਂ ਦੇ ਬੋਲਣ ਨੂੰ ਲੋਕਾਂ ਨੇ ਮਨ 'ਚ ਵਸਾ ਲਿਆ ਲੋਕ ਇਸ ਚੀਜ਼ ਨੂੰ ਵੇਖਣਾ ਚਾਹੁੰਦੇ ਆ ਕਿ ਉੱਥੇ ਜਾਣਾ ਜਾਣਾ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਇਸ ਦੁਨੀਆ 'ਚ ਨਹੀਂ ਰਿਹਾ ਪਰ ਕਿਤੇ ਨਾ ਕਿਤੇ ਦੁਨੀਆ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਹਮੇਸ਼ਾ ਲਈ ਵੱਸਦਾ ਰਹੂਗਾ ਕਿਉਂਕਿ ਜਿੱਥੇ ਸਿੱਧੂ ਮੂਸੇਵਾਲਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਸਭ ਤੋਂ ਪਹਿਲੀ ਤਸਵੀਰ ਮੈਂ ਉਹ ਜਗ੍ਹਾ ਦੀ ਦਿਖਾ ਦਿੰਦਾ ਤੁਹਾਨੂੰ ਇੱਥੇ ਅੰਤਿਮ ਸੰਸਕਾਰ ਹੋਇਆ ਸੀਗਾ ਉੱਥੇ ਸਿੱਧੂ ਦੀ ਯਾਦਗਾਰ ਜਿਹੜੀ ਹੈ ਉਹ ਬਣਾਈ ਗਈ ਹੈ ਰੋਜ਼ਾਨਾ ਲੋਕ ਇੱਥੇ ਪਹੁੰਚਦੇ ਆ ਰੋਜ਼ਾਨਾ ਦੇ ਹਿਸਾਬ ਨਾਲ ਲੋਕ ਇੱਥੇ ਪਹੁੰਚਦੇ ਆ ਐਤਵਾਰ ਨੂੰ ਵੱਡਾ ਇਕੱਠ ਹੁੰਦਾ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ 'ਚੋਂ ਲੋਕ ਪਹੁੰਚਦੇ ਨੇ ਅਤੇ ਉਹਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਇਸ ਪਿੰਡ ਦੇ ਜਿਹੜੇ ਲੋਕ ਨੇ ਜਿਹੜੇ ਦੂਰ ਦੂਸਰੇ ਪਿੰਡਾਂ 'ਚ ਰੋਜ਼ਗਾਰ ਵਾਸਤੇ ਜਾਂਦੇ ਸੀ ਉਹਨਾਂ ਨੂੰ ਇੱਥੇ ਸਿੱਧੂ ਮੂਸੇਵਾਲਾ ਰੋਜ਼ਗਾਰ ਵੀ ਦੇ ਗਿਆ ਉਹ ਰੋਜ਼ਗਾਰ ਕੀ ਹੈਗਾ ਤੁਹਾਨੂੰ ਵੀ ਦਿਖਾ ਦਾਂ ਪੂਰਾ ਬਾਜ਼ਾਰ ਇੱਥੇ ਲੱਗਿਆ ਹੋਇਆ ਜਿਹੜੀ ਜਗ੍ਹਾ ਅੰਤਿਮ ਸੰਸਕਾਰ ਹੁੰਦਾ ਉਹਦੇ ਬਿਲਕੁਲ ਸਾਹਮਣੇ ਇੱਕ ਪੂਰੀ ਮਾਰਕੀਟ ਜਿਹੜੀ ਹੈ ਉਹ ਬਣ ਚੁੱਕੀ ਹੈ ਸਿੱਧੂ ਮੂਸੇਵਾਲਾ ਮਰਹੂਮ ਗਾਇਕ ਜਿਹਨੇ ਮੂਸਾ ਪਿੰਡ ਦਾ ਨਾਂ ਰੋਸ਼ਨ ਕੀਤਾ ਤਾਂ ਉਹਦੇ ਪਿੰਡ ਦੀ ਤਸਵੀਰ ਹੀ ਤੁਹਾਨੂੰ ਦਿਖਾ ਰਹੇ ਹਾਂ ਕਿੰਨੇ ਲੋਕ ਇੱਥੇ ਰੋਜ਼ਾਨਾ ਪਹੁੰਚਦੇ ਨੇ ਦੇਖ ਰਹੇ ਤੁਸੀਂ ਤਸਵੀਰਾਂ 'ਚ ਸਿੱਧੂ ਮੂਸੇਵਾਲੇ ਦੀਆਂ ਟੀ ਸ਼ਰਟਾਂ
टी शर्टा हो सिद्धू मूसेवाले के की रिंग्स हो हर कुछ इतने सिद्धू मूसेवाले के नाम की चीज़ा जड़िया मिलदियाँ लोग हुम हमा के खरीदते कोई अपने बच्चों वास्ते की रिंग्स खरीदता कोई टी शर्ट्स लैके आता देख रहे हो खरीदारी इस तरीके होंगी है। ये बाज़ार काफ़ी वड्डा बाज़ार हैगा तो देखो तस्वीर तुसी इस वक्त कि वह गायक जिहड़ा दुनिया ते ना होके भी लोगों के कारोबार चला रहा है तो वो याद जिहड़ी लोग अपने नाल लैके जाते हैं चाहे वो फोटो लैके जा चाहे टी शर्टा लैके जा देख रहे हो ये दूर तक जिन्नियां भी दुकाना है ये सारिया दुकाना से सिद्धू मूसेवाले का जिहड़ा समान है वह भी विकता टी शर्ट की रिंग्स होनी है वो मापियां नाल फोटो होनी हूँ सर्दियाँ आ रही तो हूँ सर्दियों वास्ते भी जी स्वैट शर्ट है ये भी जेडे इतने लिया गए तो देख रहे हो ये वो गायक है जिन्हें मूसा पिंड का ना इन्ना मशहूर किया कि इतने लोगों का रोज़गार भी चल रहा अज 6 महीने का समा जो पूरा हो गया 6 महीने पहला सिद्धू की गोलियां मार के जी है सिद्धू का कतल किया गया सी 6 महीने बाद भी जरा इतने लोगों का आना जाना जारी है लोग दूरों दूरों इतने पहुँचते हैं तो तस्वीर देख रहे हो ये वो बाज़ार हैगा सिद्धू मूसेवाले के नाल संबंधित जड़िया चीज़ा ने यादा ने लोग अपने घर लैके जाते हैं चाहे फोटो हो चाहे केयरिंग होन या होर समान बहुत दूरों दूरों दुनिया इतने पहुँचती है विदेशों लोग आते हैं तो समान खरीद का मकसद ये है कि वो गायक जिन्हें मूसा पिंड का ना रोशन किया खेती प्रमोट किया पग न प्रमोट किया उदा मैसेज लोगों के परिवारों के बच्चों में रहे तो इस याद न ही वह सिद्धू मूसेवाले दमाम यादगार अपने घर लैके जाते हैं जिड़िया सिद्धू दिया फोटो होनी टी शर्टा होनी इस तो अलावा 1911 ट्रैक्टर का बड़ा शौकीन से खेती करता सी कोई भी ऐसी इतने चीज़ थोनू नहीं दिखूगी जी ना हो हर चीज़ सिद्धू मूसेवाले के नाल जुड़ी हुई इतने वेखन मिलती है लोग इतने फोटोग्राफ्स भी खरीदते हैं घर लैके जाते हैं देख रहे हो तुम तो वड्डी गल है कि बड़े परिवारों का इतने रोज़गार चल रहा बहुत परिवार जड़े ने अज सिद्धू मूसेवाले की यादगार के उत्ते जड़े पहुँचते हैं तो इतने समान की खरीदारी करते रोज़ाना एतवार को भी वड्डा कट हुंदा तो इतने जड़े लोग पहुँचते हैं तो खरीदारी करके जाते हैं तो देख रहे हो तमाम दुकाना लगियां तो जिस शख्स की थोनों तस्वीर दिखा रहे हैं बजुर्ग भी इसे पिंड ने सब तो पहला जेकर दुकान की गल करिए सब तो पहला इन्हें इस बजुर्ग की दुकान थी छोटी जी तो हौली हौली जदों इस दुकान पर समान रख्या वह भी थोड़ा दिखा दें बजुर्गों ने गलबात भी करा तो जड़ियाँ फोटो सिद्धू मूसेवाले दी देख रहे हो जदों इन्होंने अपनी दुकान के उत्ते थोड़ा समान लैके रख्या जोड़ा सिद्धू के नाल जुड़िया हुआ सी तो उस तो बाद लोग हुम हुमा के जड़े इतने दूसरी दुकाना तो जड़े ने वह भी उन्होंने अपनी दुकाना भी लगानी शुरू कर दतियाँ तो एक दुकान पहली सब तो पहली दुकान यही होंगी सी गल भी करा इन्हों पहला तस्वीर थोड़ा दिखा दीए कि अज सिद्धू मूसेवाले चाहन वाले दूरों दूरों आते हैं तो इतने खरीदारी जी करते हैं देख रहे हो तस्वीर ये सब तो पहली दुकान है एक बार पूरा बाजार भी थोड़ा कोशिश करते हैं कैमरे जरिए विखाने की असी यह सिद्धू मूसेवाले दे मूसे पिंड की तस्वीर हैगी है जिते पूरा एक बाजार बन चुके जिते सड़क के किनारे दुकाना जड़िया छोटी छोटी लगियां जिते हर तरह का समान सिद्धू मूसेवाले के जुड़िया हुआ जैसे टी शर्टा होन या होर की रिंग्स होन इस तो अलावा कड़े होन या 1911 के छले या उदिया फोटो वक् वक् परिवार ने जिहड़ियां फोटो वो अक्सर पाता रहिंदा सी उन्हां दे प्रिंट आउट कढ़वा के लोग अपने घर लैके जांदा ते बाज़ार रोज़ाना सवेरे करीब 9 बजे शुरू हो जाता तो रात को 9 बजे ही दुकाना जिहड़ियां बंद हुंदियां ने तां एक वड्डा रोज़गार का साधन भी देगा पर इन्हां दे दिलां विच भी दर्द हैगा सिद्धू इस दुनिया तो चला गया क्योंकि इसे पिंड दे वसनीक बहुत ने तां उन्हां नाल भी गल करांगे पर ये जड़िया तस्वीर तुम देख रहे हो लोग अपने घर लैके जाते हैं साढ़े ना बाई जी ने जिन्हों की सब तो पहली दुकान सी इतने जदों सिद्धू मूसेवाले का अंतिम संस्कार हों उस तो कुछ दिन बाद इन्होंने दुकान खोली सी बाई जी सब तो पहली दुकान तुम लाई से इतने तो अज पूरा बाजार इतने बन चुकया सिद्धू के नाम की हर चीज़ इतने मिल रही है की कहना चाहूँगी ये सिद्धू के नाम की मैं एक दिन मानसा गया उ मैं टी शर्ट टंगी देखी मैं आख्या भी ये कितों मिलती हैं कहते फलाने थां तो मिलती हैं उत्थे मैं जाके उन्होंने गलबात करी उतों टी शर्टा लिया टी शर्टा लिया के जी उतों फिर मैं उत्थे टाली को लाउन लग्या रेहड़ी से वो रेहड़ी से लाउंदा हुंदा मैं रेहड़ी तो बाद हौली हौली मैनू देखो देख दुकाना वध दियां गईयां अज पूरा बाजार बन गया पहले हाँ असी तो मिलते रहे हैं क्यों साढ़े तो पिंड दे ही सी जी वो आम ही मिलता सी तुरै जांदा हरेक नाल हत्थ मिलाउंदा हरेक नाल फोटो खिचाउंदा बहुत प्यारा बच्चा सी जी वह फिर फोटो रखन लग गए जी
फिर छले रखन लग गए, हुण उहदे नां दे कड़े आ गए। हर चीज़ मतलब जिहड़े कारां च टंगण वाले ने उहदे नां दे आ गए। हर चीज़ इही जी कोई नहीं जिहड़ी ना उहदे नां दी चलदी होवे जी। ਇਹ ਤਾਂ ਸਵੇਰੇ ਲੋਕ ਅਸੀਂ ਤਾਂ ਆਉਂਦੇ ਹਾਂ ਜੀ 8-9 ਵਜੇ, ਲੋਕ ਆਉਣ ਲੱਗ ਜਾਂਦੇ ਨੇ ਸਵੇਰੇ 6 ਵਜੇ, ਰਾਤ ਦੇ 9 ਵਜੇ ਤੱਕ ਆਈ ਜਾਂਦੇ ਨੇ। ਹਾਂਜੀ, ਦੋ ਤੁਹਾਡੇ ਨਾਲ ਹੁਣ ਇੱਥੇ ਟੋਟਲ ਕਿੰਨੇ ਇਸ ਪਿੰਡ ਦੇ ਜਾਂ ਨਾਲ ਦੇ ਪਿੰਡਾਂ ਦੇ ਕਾਰੋਬਾਰ ਚੱਲ ਗਿਆ? ਪਿੰਡਾਂ ਦਾ ਘੱਟੋ ਘੱਟ 30 ਦੁਕਾਨਾਂ ਲੱਗਦੀਆਂ ਜੀ ਸਾਡੀਆਂ। ਹਾਂ, 30 ਦੁਕਾਨਾਂ ਦਾ ਕਾਰੋਬਾਰ ਚੱਲਦਾ। ਜੇ ਮੈਨੂੰ ਮੇਰਾ ਪੱਟ ਟੁੱਟਿਆ ਹੋਇਆ, ਲੱਤ ਟੁੱਟੀ ਹੋਈ ਆ, ਇੰਡੀਕੇਟ ਬੰਦਾ, ਅਸੀਂ ਤਾਂ ਘਰੇ ਹੀ ਬੈਠੇ ਸੀ 4 ਸਾਲ। 2019 ਦਾ ਪੱਟ ਟੁੱਟਿਆ ਹੋਇਆ ਜੀ ਮੇਰਾ, 2019 ਦਾ ਪੱਟ ਟੁੱਟਿਆ ਹੋਇਆ। ਮੈਂ ਘਰੇ ਬੇਰੁਜ਼ਗਾਰ ਬੈਠਾ ਸੀ, ਕੋਈ ਕੰਮ ਕਾਰ ਨਹੀਂ ਸੀ। ਫਿਰ ਹੌਲੀ ਹੌਲੀ ਮੈਂ ਰੇਹੜੀ 'ਤੇ ਖਿੱਚ ਕੇ ਲਿਆ ਜਾਂਦਾ, ਲੈ ਕੇ ਘਰੇ ਵਗ ਜਾਂਦਾ, ਵਧੀਆ ਰੁਜ਼ਗਾਰ ਚੱਲਦਾ ਜੀ। ਹਾਂਜੀ, ਪਰ ਜਿਹੜਾ ਉਹਦਾ ਜਿਸ ਬੰਦੇ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ, ਗੋਲਡੀ ਬਰਾੜ ਉਹਦਾ ਨਾਮ ਹੈਗਾ, ਗੈਂਗਸਟਰ ਹੈ, ਉਹਨੂੰ ਵਿਦੇਸ਼ਾਂ 'ਚ ਪੁਲਿਸ ਨੇ ਜਿਹੜਾ ਗ੍ਰਿਫਤ ਦੇ ਵਿੱਚ ਲੈ ਲਿਆ ਆਪਣੇ। ਹਾਂ, ਉਹ ਫੜ ਲਿਆ, ਤੁਹਾਨੂੰ ਲੱਗਦਾ ਹੁਣ ਉਹਦੇ ਖਿਲਾਫ ਸਖ਼ਤ ਐਕਸ਼ਨ ਲੈਣਾ ਪੈਣਾ ਸਰਕਾਰ? ਹਾਂਜੀ ਹਾਂ, ਹੁਣ ਤਾਂ ਸਖ਼ਤ ਐਕਸ਼ਨ ਲੈਣਾ ਹੀ ਪੈਣਾ ਜੀ। ਜਦੋਂ ਪਹਿਲਾਂ 6 ਮਹੀਨੇ ਲੰਘੇ ਜੀ, ਅੱਜ ਤੁਸੀਂ ਹਿਸਾਬ ਲਾ ਲਓ ਵੀ ਪਰਸੋਂ 29 ਤਰੀਕ ਨੂੰ 6 ਮਹੀਨੇ ਹੋ ਜਾਣੇ ਸੀ। ਹਾਂਜੀ, ਹੁਣ ਤਾਂ ਫਿਰ ਲੈਣਾ ਹੀ ਪੈਣਾ ਸਰਕਾਰ ਨੂੰ ਜੀ। ਬਸ ਠੀਕ ਹੈ ਜੀ। ਹਾਂ, ਵਧੀਆ ਵਧੀਆ ਜੀ, ਵਧੀਆ ਵਧੀਆ। ਹਾਂ, ਨਾ ਲੈ ਕੇ ਆਉਣਾ ਚਾਹੀਦਾ ਜੀ ਹੁਣ। ਕੋਈ ਵੀ ਕਿਸੇ ਦਾ ਨੌਜਵਾਨ ਪੁੱਤ ਮਾਰ ਦੇਣਾ, ਇਕੱਲਾ ਮਾਪਿਆਂ ਦਾ ਪੁੱਤ 7 ਕਿੱਲਿਆਂ 'ਚ ਉੱਠਿਆ ਹੋਇਆ, ਕਿਤੇ ਸਾਡੇ ਪਿੰਡ ਨੂੰ ਅਸੀਂ ਸ਼ਰਮ ਆਉਂਦੀ ਸੀ ਜਦੋਂ ਪਿੰਡ ਮੂਸੇ ਦਾ ਨਾਂ ਲੈਂਦੇ ਤਾਂ, ਬੈਕਵਰਡ ਏਰੀਆ ਸੀ ਸਾਡਾ। ਅਤੇ ਹੁਣ ਸਾਡਾ ਕਿੱਥੇ ਦੇਸ਼ਾਂ ਵਿਦੇਸ਼ਾਂ 'ਚ ਨਾਂ ਆ, ਹਰੇਕ ਸਿੱਧੂ ਮੂਸੇਵਾਲਾ, ਸਿੱਧੂ ਮੂਸੇਵਾਲਾ ਆਲ ਵਰਲਡ 'ਚ ਕਰਾਤੀ। ਇੱਥੇ ਤੁਸੀਂ ਐਂ ਹਿਸਾਬ ਲਾ ਲਓ, ਇੰਗਲੈਂਡ ਤੋਂ, ਅਮਰੀਕਾ ਤੋਂ, ਕਨੇਡਾ ਤੋਂ, ਮਤਲਬ ਕੈਲੀਫੋਰਨੀਆ ਤੋਂ, ਕੱਲ੍ਹ ਨਿਊਜ਼ੀਲੈਂਡ ਤੋਂ ਆਏ, ਹਰ ਦੇਸ਼ ਦਾ ਬੰਦਾ ਇੱਥੇ ਆਉਂਦਾ, ਰੋਜ਼ ਆਉਂਦੇ ਆ ਡੇਲੀ ਜੀ। ਹਾਂ, ਬਸ ਫਿਰ ਹੁਣ ਤਾਂ ਪਤਾ ਲੱਗ ਜੂਗਾ ਜੀ ਸਾਰਾ ਕੁਛ ਵੀ ਕੀ ਕੁਛ ਕੀ ਕਹਾਣੀ ਸੀ, ਕੀ ਨਾ ਉਹ ਕਹਾਣੀ ਸੀ। ਹੈਂਜੀ, ਬਹੁਤ ਵਧੀਆ ਕੰਮ ਹੋਇਆ ਜੀ। ਠੀਕ ਹੈ ਬਾਈ ਜੀ, ਇਹ ਦੁਕਾਨਾਂ ਬਹੁਤ ਲੱਗ ਰਹੀਆਂ, ਬੜੇ ਲੋਕਾਂ ਦਾ ਰੁਜ਼ਗਾਰ ਚੱਲ ਪਿਆ। ਵਧੀਆ ਜੀ, ਦੁਕਾਨਾਂ ਹੀ ਲਾਉਣਾ ਮੈਂ ਵੀ ਜੀ, ਵਧੀਆ ਸਾਰਿਆਂ ਦਾ, ਗਰੀਬਾਂ ਦਾ। ਅਸੀਂ ਦੂਜੇ ਹਾਂ, ਸਾ ਕਿਸੇ ਦੀ ਲੱਤ ਟੁੱਟੀ ਹੈ, ਕਿਸੇ ਦੀ ਖੜੀ ਹੈ। ਯਾਨੀ ਜਾਂਦਾ ਜਾਂਦਾ ਸਿੱਧੂ ਰੋਜ਼ਗਾਰ ਵੀ ਦੇ ਗਿਆ ਲੋਕਾਂ ਨੂੰ ਜਿਹੜੇ ਘਰਾਂ 'ਚ ਵਿਹਲੇ ਬੈਠੇ। ਹਾਂਜੀ ਹਾਂ, ਵਿਹਲੇ ਅਸੀਂ, ਕਾਸੇ ਵਾਲੇ ਨਹੀਂ ਸੀ, ਬਸ ਘਰੇ ਬੈਠਣ ਵਾਲੀ ਸੀ ਜੀ। ਹਾਂ, ਵਧੀਆ ਚੱਲੀ। ਜਿਹੜੇ ਬੰਦੇ ਨੇ ਉਹਨੂੰ ਮਰਵਾਇਆ, ਜਿੰਨੇ ਸਾਰੀ ਗੇਮ ਬਣਾਈ ਸੀ, ਮਾਸਟਰ ਪਲਾਨ ਜਿਹਨੇ ਤਿਆਰ ਕੀਤਾ ਹੈ, ਮਾਸਟਰ ਮਾਇੰਡ ਸੀਗਾ ਗੋਲਡੀ ਬਰਾੜ, ਉਹ ਵਿਦੇਸ਼ਾਂ 'ਚ ਫੜ ਲਿਆ ਉਸ ਬੰਦੇ ਨੂੰ। ਚੰਗੇ ਹੋਏ, ਅਸੀਂ ਤਾਂ ਖੁਸ਼ੀ ਮਨਾ ਰਹੇ ਹਾਂ ਜੀ। ਇਹੋ ਜਿਹਾ ਨੂੰ ਸਭ ਨੂੰ ਇਹਨਾਂ ਨੂੰ ਮਾਰਨਾ ਜੀ, ਇਹਨਾਂ ਨੂੰ ਮਾਰਨਾ ਚਾਹੀਦਾ ਗੌਰਮੈਂਟ ਨੂੰ, ਗਾਹਾਂ ਨਾ ਕੋਈ ਉੱਠੇ। ਇਹ ਬੰਦੇ ਦਾ ਕੀ ਕਸੂਰ ਸੀ ਕੋਈ? ਆਪਦੀ ਹਾਂ, ਮਿਲਦੇ ਹਾਂ, ਸਾਡੇ ਪਿੰਡ ਦਾ ਸੀ ਜੀ, ਆਮ ਹੀ ਰਹਿੰਦਾ ਸੀ, ਉਹ ਤਾਂ ਖੇਤਾਂ 'ਚ ਹੀ ਰਹਿੰਦਾ ਸੀ, ਉਹ ਕਿਹੜਾ ਗੱਡੀਆਂ 'ਚ ਰਹਿੰਦਾ ਸੀਗਾ। ਮਤਲਬ ਬੰਦੇ ਦੇ ਜਾਣ ਤੋਂ ਬਾਅਦ ਹੀ ਉਹਦੀ ਕਦਰ ਜਿਹੜੀ, ਹਾਂ ਦੁੱਗਣੀ ਵੱਧ ਗਈ ਜੀ, ਚੌਗਣੀ ਜ਼ਿਆਦਾ ਵੱਧ ਗਈ। ਜਿੰਨੇ ਰੋਜ਼ਗਾਰ ਤੁਹਾਡੇ ਚੱਲ ਰਿਹਾ, ਸਭ ਦਾ ਕੰਮ ਸਹੀ ਚੱਲ ਰਿਹਾ? ਹਾਂ ਜੀ, ਵਧੀਆ ਚੱਲੀ ਜਾਂਦੀ, ਹਾਂ ਵਧੀਆ ਦਿਹਾੜੀ ਬਣੀ ਜਾਂਦੀ ਹੈ, ਖਰਚਾ ਪਾਣੀ ਸਾਡਾ ਚੱਲੇ। ਕੀ ਮੰਗ ਕਰੋਗੇ ਸਰਕਾਰ ਨੂੰ, ਭਾਰਤ ਦੀ ਸਰਕਾਰ ਨੂੰ, ਵੀ ਉਸ ਗੈਂਗਸਟਰ ਨੂੰ ਲਿਆ ਕੇ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਪੰਜਾਬ ਲਿਆਂਦਾ ਜਾਵੇ? ਹਾਂਜੀ ਹਾਂ, ਪੰਜਾਬ ਲਿਆਂਦਾ ਜਾਵੇ, ਉਹਨੂੰ ਸਖ਼ਤ ਸਜ਼ਾ ਮਿਲੇ ਜੀ। ਬਿਲਕੁਲ, ਆਹ ਤਸਵੀਰਾਂ ਦਿਖਾ ਦਾਂ ਤੁਹਾਨੂੰ, ਇਹ ਸੈਂਕੜੇ ਦੁਕਾਨਾਂ, 30 ਦੇ ਕਰੀਬ ਦੁਕਾਨਾਂ ਹੈਗੀਆਂ ਜਿਹੜੀਆਂ ਲੱਗੀਆਂ। ਅਤੇ ਇਸ ਤੋਂ ਇਲਾਵਾ ਜੇਕਰ ਸਿੱਧੂ ਮੂਸੇਵਾਲੇ ਦੇ ਘਰ ਦੇ ਬਾਹਰ ਦੀ ਗੱਲ ਕਰੀਏ ਤਾਂ ਉਹਦੇ ਘਰ ਦੇ ਬਾਹਰ ਵੀ ਕੁਝ ਜਿਹੜੇ ਸਟੋਲ ਲੱਗੇ ਹੋਏ ਆ, ਦੂਰੋਂ ਦੂਰੋਂ ਲੋਕ ਇੱਥੇ ਪਹੁੰਚਦੇ ਆ, ਤਾਂ ਛੋਟੇ ਛੋਟੇ ਬੱਚੇ ਜਿਹੜੇ ਹੁਣ ਉਹ ਬੱਚੇ ਨੇ ਜਿਹੜੇ ਛੋਟੇ ਛੋਟੇ ਬੱਚੇ ਸਮਾਨ ਲੈ ਕੇ ਆਉਂਦੇ ਇੱਥੇ, ਤਾਂ ਇਹ ਦੇਖ ਰਹੇ ਹੋ ਤਸਵੀਰਾਂ ਬਾਈ ਜੀ, ਘੁੰਮਣਾ ਤਾਂ ਇਹ 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 ਯਾਦਗਾਰ ਹੈਗੀ ਸਿੱਧੂ ਦੀ, ਯਾਦਗਾਰ ਦੇ ਬਾਹਰ ਦੁਕਾਨਾਂ ਨੇ। ਤਾਂ ਇੱਥੇ ਲੋਕ ਆਉਂਦੇ ਨੇ ਆਪਣੇ ਬੱਚਿਆਂ ਨਾਲ, ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰਦੇ ਨੇ। ਤਾਂ ਇੱਕ ਬਾਈ ਹੋਰ ਹੈ ਬਾਈ ਜੀ, ਇਹ ਬੜੀ ਦੁਨੀਆ ਸਿੱਧੂ ਦੀ ਫੈਨ ਹੈਗੀ ਹੈ, ਇੱਥੇ ਬੜੇ ਲੋਕਾਂ ਦਾ ਰੁਜ਼ਗਾਰ ਚੱਲ ਰਿਹਾ, 6 ਮਹੀਨੇ ਹੋ ਗਿਆ ਸਿੱਧੂ ਨੂੰ, ਅਤੇ 6 ਮਹੀਨੇ ਤੋਂ ਬਾਅਦ ਇੱਥੇ 30 ਤੋਂ ਜ਼ਿਆਦਾ ਦੁਕਾਨਾਂ ਲੱਗ ਗਈਆਂ, ਲੋਕਾਂ ਦਾ ਰੁਜ਼ਗਾਰ ਵੀ ਚਲਾ ਗਿਆ ਜਾਂਦਾ ਜਾਂਦਾ। ਹਾਂਜੀ ਹਾਂਜੀ, ਦੇਖੋ ਜੀ, ਮੂਸੇਵਾਲ ਦੇ ਜਿਹੜੇ ਬੱਚੇ ਨਾ, ਛੋਟੇ ਛੋਟੇ ਬੱਚੇ ਇੰਨੇ ਜ਼ਿਆਦਾ ਫੈਨ ਨੇ। ਆਹ ਮੇਰਾ ਬੇਟਾ, ਇਹਨੇ ਜ਼ਿੱਦ ਕੀਤੀ, ਕਹਿੰਦੇ ਨਹੀਂ ਪਾਪਾ ਆਪਾਂ ਉੱਥੇ ਗਏ ਨਹੀਂ, ਆਪਾਂ ਮੂਸੇਵਾਲ ਦੀ ਸਮਾਧ 'ਤੇ ਜਾਣਾ ਜਾਣਾ। ਅਤੇ ਉਹਨਾਂ ਦੀ ਮਾਤਾ ਨੂੰ ਮਿਲ ਕੇ ਆਇਆ, ਉੱਥੇ ਗਏ, ਹਵੇਲੀ ਦੇਖ ਕੇ ਆਇਆ, ਉਹਨਾਂ ਦੇ ਟਰੈਕਟਰਾਂ ਨਾਲ ਫੋਟੋ ਖਿਚਾਈ, ਟਰੈਕਟਰ ਦੇਖੇ ਨੇ, ਗੱਡੀ ਦੇਖੀ, ਹੁਣ ਕਹਿੰਦਾ ਨਹੀਂ ਸਮਾਧ 'ਤੇ ਚੱਲੀਏ, ਉਹ ਜਗ੍ਹਾ ਦੇਖਣੀ ਹੈ। ਫਿਰ ਇਹਨਾਂ ਨੇ ਬੱਚੇ ਨੇ ਰੁਮਾਲ ਲਿਆ ਛੋਟਾ ਸਿੱਧੂ ਦਾ, ਬਾਕੀ ਫੋਟੋ ਲਈਆਂ ਨੇ, ਗੱਡੀ 'ਚ ਰੱਖੀਆਂ ਨੇ। ਯਾਨੀ ਕਿ ਇੰਨਾ ਜ਼ਿਆਦਾ ਬੱਚਿਆਂ ਦੇ ਛੱਡ ਦਿਓ ਤੁਸੀਂ, ਬਹੁਤ ਜ਼ਿਆਦਾ ਬੱਚੇ ਮੰਨਦੇ। ਬਜ਼ੁਰਗ ਬੜੇ ਫੈਨ ਹੋ ਗਏ ਜਿਨ੍ਹਾਂ ਦੇ ਬੱਚੇ ਦਾ ਫੈਨ ਸੀਗੇ ਹੀ, ਬਜ਼ੁਰਗ ਇਹਨਾਂ ਬਜ਼ੁਰਗ ਬੈਠੇ ਨੇ ਛੱਪੜ 'ਤੇ, ਉਹਨਾਂ ਨੂੰ ਮਿਲ ਕੇ ਆ, ਜਿਹਨਾਂ ਦੱਸੇ ਸੀ ਨਾ ਵੀ ਸਿੱਧੂ ਸਾਹਿਬ 4 ਸਾਲ ਦੇ ਛੱਪੜ ਦੇ ਵਿੱਚ ਡਿੱਗ ਪਏ ਸੀ, ਡੁੱਬ ਗਏ ਸੀ, ਉਹਨਾਂ ਕੱਢਿਆ, ਉਹਨਾਂ ਨੂੰ ਮਿਲ ਕੇ ਆ ਸੀ, ਉਹ ਵੀ ਰੋਣ ਲੱਗ ਪਏ। ਹਾਂ, ਅੱਜ ਵੀ ਰੋਏ ਨੇ, ਗਰੇਡੂ ਆ ਕੇ ਉਹਨਾਂ ਦਾ ਅੱਖਾਂ 'ਚ ਰੋ ਕੇ, ਕਹਿੰਦੇ ਯਾਰ ਅਸੀਂ 4 ਸਾਲ ਦਾ ਸੀ ਸਿੱਧੂ ਸਾਹਿਬ, ਬਾਈ ਉਹਨੂੰ ਛੱਪੜ 'ਚੋਂ ਕੱਢਿਆ ਸੀ ਮੈਂ।
उदो मिल के जी। मूसा पिंड विदेशों च लोग आ रहे हैं, देशों विदेशों तो वक् वक् स्टेटा तो वेखो जी, मूसल साहब लोगों के दिल च बस गया जी, बस ये हिसाब ला लो जो दिल च बस गया बस बस गया, लोग मानते इस चीज़ में। अच्छा, जो गलों उन्होंने गाने उन्होंने बोलों लोगों ने मन च बसा लिया, लोग इस चीज़ में वेखना चाहते हैं, उत्थे जाने जाना। अच्छा भाई जी, जो सिद्धू मूसेवाले कतलकांड का मास्टर माइंड है गोल्डी बराड, उन्होंने विदेशों के जो कैलीफोर्निया पुलिस ने जोड़ा डिटेन किया हो, अरैसट भी हो गया, तो उस तो बाद जो थोड़ा लगता है जल्दी भारत सरकार लेके आए, पंजाब पुलिस सख्त कार्रवाई करे खिलाफ। सीएम साहब भगवंत मान ने इस चीज़ का बहुत वधिया स्टैंड लिया, उन्होंने उन्होंने जो सिद्धू बाई के माता पिता की जो गल ने जो उन्हें क्या उन्होंने ध्यान ना सुनया, वो चीज़ बहुत वधिया वो कर रहे हैं काम भी, उन्होंने इतने लिया के पुछगिछ की जाएगी, जो क्लीयर किया जाएगा जो उन्होंने कतल का हिसाब सारा क्लीयर करेंगे, गोल्डी बराड़ में लिया रहे हैं, बिल्कुल होनी चाहिए, बिल्कुल जी बिल्कुल होना चाहिए जी, बिल्कुल जरूरी है, बिल्कुल। ये भावनावान ने हर उस शख्स की जो सिद्धू मूसेवाले के नाल जुड़िया होया कह दिए या वो परिवार का कोई शख्स जुड़िया होया, तो यह छोटे छोटे बच्चे हो बजुर्ग हो हर किसी का इतने किता चलता, हर किसी का कारोबार चलता, क्योंकि सिद्धू मूसेवाला एक फेमस सिंगर सीगा, एक नाम से उस बंदे का, पर अज उस दुनिया च नहीं रहा, तो यह कारोबार लोगों के अज भी वह चला गया, देख रहे तुसी दुकाना दे अंदर जड़ा समान हैगा वह समान रखे होया, वक् वक् जड़ियाँ टी शर्टा होन फोटो होन वो सारिया इतने रख रखी, लोग इतों आके खरीदारी करते हैं, सिद्धू नू अपने फोटो वो छले कीरिंग्स वो अपने नाल लैके जाते हैं, तो देख रहे हो तस्वीर, ये सिद्धू मूसेवाले यादगार के बाहर की तस्वीर हैगी, जिथे एक पूरी मार्केट जी बन चुकी है, इन परिवारों का रोज़गार जड़ा वो जाता जाता सिद्धू दुनिया तो चला गया, तो ये लोग सवेरे इतने पहुँचते हैं, शाम तक इतने लगातार लोग जड़े आते रहते हैं, शाम इतों तक कि रात तक भी लोग आते हैं, देशों विदेशों चो लोग आते हैं, तो कह लिए कि जी तस्वीर थोड़ा दिखा रहे हैं ये वो बाजार हैगा सिद्धू मूसेवाला जिस खेत के कम करता सी, उस खेत के सामने बिल्कुल ये जगह हैगी, 5911 जट 295 तमाम ये स्लोगनस के जड़िया हर चीज़ कह लिए कि इतने कोई भी ऐसी चीज़ नहीं है जी थोनू सिद्धू के नाल जुड़ी हुई वेखन नहीं मिलेगी, लोग पहुँचते हैं दूरों दूरों, लोगों को उम्मीद है कि सिद्धू के जोड़े कातल है उन्होंने खिलाफ सख्त कार्रवाई होगी, सख्त कार्रवाई की जाऊगी उन्होंने खिलाफ, तो ये जड़े देख रहे तुसी बुजुर्ग जिहड़े घरां दे विच कोई काम नहीं करते सी उन्हां नूं भी इत्थे काम मिल गया, तो एक बुजुर्ग बीबी भी हैगी इत्थे जिहड़ी दुकान दे विच अपना काम चला रही है, काम चला रही है बुजुर्ग बीबी, ये भी टी शर्टा इत्थे बेचदियां, रोज़ाना लोग जिहड़े रोज़ाना लोग इत्थे पहुँचते हैं, तो ये बुजुर्ग माता ये भी रोज़ाना अपनी जगह के उत्ते सवेरे इत्थे अपने जी इन्हों की एक दुकान हैगी उस दुकान पर पहुँचते हैं, तो बुजुर्ग ने इन बुजुर्गों का कारोबार भी सिद्धू जड़ा वो चला गया। माता इधर, अच्छा बीबी केड़ा पिंड केड़ा थोड़ा? हाँ ही पिंड है पुत्र, मूसा पिंड दे ही हो तुसी? अच्छा पहला घर च ही रहंदे सीगे? हाँ घर च ही रहंदे सी पुत्र, हुण काम मिल गया इत्थे दुकान हुण पुत्र केड़ियां दुकानां ना खोलदे दुकानां इहनूं ना कुछ हुंदा, इहनूं कोई मारदा ना, ते दुकानां दा की सी पुत्र, जिथे रोटी खांदे सी उत्थे अद्धी खांदे सी, टाइम पास तां पहलां वी हुंदा सी ते हुण वी होऊगा पुत्र, सानूं इहो जिहा पुत्र कित्थे मिलेगा जिहने साडे पिंड दा नां रोशन करता सी, रोजगार मिल गया जी है, ओ बाहरले देशां विदेशां तक नां रोशन कर दिता, ते मां नूं ते मां नूं तां भुलणे किसे ते साडे वर्गिआं नूं नहीं भुलदा पुत्र, हाँ साडे घर पुत्र नेड़े ही सीगे, खेत उत्थे मोटरां ते बैठा सीगा, ते असी खेत लकड़ां नूं गईआं, ते एडी कि साडी पोती सी नाल, ते उहने जाके सस्री काल बुलाई ते बुक्कल च लैता उहनूं, है प्यार दिता बच्चिआं नूं ते बजुर्गां नाल उहदा बहुत प्यार सी बचपन तों ही, ते उह तां रलन भी होणी लग्गिआ सीगा नाल, जिन्ना कि जदों पढ़ लिख लिया आ बाहर कम्मां ते जा वड़िआ आपदिआं ते उदों ही मुंडे खुंडिआं नाल रलन लग्गिआ सी, पहले तां घरे ही आपदी मां नाल ही चौड़ा करदा हुंदा सी, बस उहनूं उह तां मां नूं आपदी नूं दोस्तां वांगू समझदा सी, विचरदा सी लोकां च विचरन लग्गिआ सी हौली, हाँ ते बस हुण ही विचारा पुत्र लोकां नाल प्यार वधिआ सी उहदा, ते हुण ही उहनूं विचारे नूं इह कर। अच्छा इत्थे माता जी इह दस्सो जिहड़ी यादगार बणी आ सवेरे किन्ने वजे तुसीं दुकानां ला लैंदे हो, कदों लोक आणे शुरू हो जांदे? इत्थे तां पुत्र आ ही जांदे आ दिन रात, ऐ नहीं पता, इत्थे रात नूं भी आके पै जांदे आ, रात नूं भी दिन नूं भी इत्थे आ ही जांदे आ, जिवें कहिंदा सी उह उवें जिक्री होई जांदियां पुत्र गल्लां, जो लिखदा सी हाँ जो लिखदा सी उही होई जांदियां पुत्र, पता नहीं उहनूं की पता सीगा इन्हां गल्लां दा, है ना, ज्यादा अपने हर टाइम महाराज भी है, ये महाराज दे नाल ही हो गया, महाराज दा पुत्र सी बस उसे गल च ही हो गया, कृपा सी उहदे ते, खबर की सी इह किसे नूं पता ही नहीं सी,
ना सानू पता सी ना ये माँ प्यो नू पता सी किसी नू पता नहीं सी पुत्र कोई अवतार उतरिया सी क्या बेचारा ये साडे वर्गे भी अही कहिंदे सी भोले दा मुंडा ही है पिंड च असी अही कहिंदे सी पुत्र पर हुण पिछों पता लगदा है माता दी कह रही है कि रोटी असीं पहला भी घर दे विच खा रहे सी साड़ी दुकाना ना भी लगदियां पर उस पुत्त नूं कुछ नहीं होना सी। ये वो लोग ने जिहड़े अपना रोजगार चला रहे ने पर कितने ना कितने अंदर इन्हां दे दर्द हैगा कि यही गल कह रहे हैं कि वह पुत्त दुनिया तो ना जांदा असीं अपने घर दे विच वैसे भी रोटी खा रहे सी पर कह दिए कि सिद्धू मूसेवाला जिन्हें अपने पिंड तो लैके विदेशों तक पूरी दुनिया तक धाक जमाई है अपने गाणों के नाल अपनी वक्री पछाण बनाई है उस दुनिया तो जाता जाता भी सैकड़े परिवारों का सहारा बनया तो अज लोग उसकी यादगार के बाहर दुकाना ला के जिहड़ा रोजगार चला रहे हैं तो अपना परिवार पाल रहे हैं। उम्मीद करते हैं इस सिद्धू मूसेवाले के असली मास्टरमाइंड गोल्डी बराड़ के खिलाफ भी ऐसी कार्रवाई की जानी चाहिए है ताकि दोबारा कोई गैंगस्टर किसी माँ के पुत्र ना मारे। कैमरामैन प्रवीण के नाल अमित शर्मा डेली पोस्ट पंजाबी पिंड मूसा मानसा।